Hello everyone, welcome to Maan Ma'am classes. I am your teacher Pooja Maan here. I hope you all are doing good, fit and fine. Hasde, khedde, muskurande tusi eh class attend kar rahe hoge. So apa kar rahe hai ICC board English reader class 1 book is Vibrant English Reader. Lesson number 15 ਫਰੂਟ ਸੈਲਡ ਆਪਾਂ ਇਹ ਚੈਪਟਰ ਇੱਕ ਵਾਰ ਪੜ੍ਹ ਲਿਆ ਪ੍ਰੋਪਰ ਆਪਾਂ ਸਮਝ ਲਿਆ ਇਹਨੂੰ ਪਿਕਚਰਸ ਦੇ ਨਾਲ ਪੰਜਾਬੀ ਚ ਮੈਨੂੰ ਐਕਸਪਲੇਨ ਕਰ ਦਿੱਤਾ ਹੈ ਠੀਕ ਹੈ ਆਪਾਂ ਵਰਡ ਮੀਨਿੰਗ ਵੀ ਕਰ ਲਏ ਇਸ ਕਲਾਸ ਚ ਆਪਾਂ ਕਰਨਾ ਹੈ ਇਸ ਚੈਪਟਰ ਦੀ ਬੈਕ ਐਕਸਰਸਾਈਜ਼ ਬੈਕ ਐਕਸਰਸਾਈਜ਼ ਕਰਨ ਤੋਂ ਪਹਿਲੇ ਆਪਾਂ ਜਸਟ ਕੁਇਕ ਰਿਕਾਲ ਕਰਦੇ ਹਾਂ ਇਸ ਚੈਪਟਰ ਨੂੰ ਠੀਕ ਹੈ ਰਿਵੀਜ਼ਨ ਕਰ ਰਹੇ ਹਾਂ ਆਪਾਂ ਠੀਕ ਹੈ ਕੁਇਕ ਰਿਵੀਜ਼ਨ ਕਰਾਂਗੇ ਹੁਣ ਪਿਕਚਰਸ ਨਾਲ ਐਕਸਪਲੇਨ ਨਹੀਂ ਕਰੂੰਗੀ ਜਸਟ ਮੈਂ ਪੜ੍ਹੂੰਗੀ ਤੇ ਇਹਦੀ ਪੰਜਾਬੀ ਦੱਸੂੰਗੀ ਠੀਕ ਹੈ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਈਟਿੰਗ ਅ ਮੈਂਗੋ ਕੈਨ ਬੀ ਸੋ ਮਚ ਫਨ ਆਫਟਰ ਲੰਚ ਆਈ ਕੈਨ ਹੈਵ ਨੋ ਮੋਰ ਦੈਨ ਵਨ ਕਿ ਮੈਂਗੋ ਖਾਣਾ ਬਹੁਤ ਮਜ਼ੇਦਾਰ ਹੁੰਦਾ ਹੈ ਤੇ ਲੰਚ ਤੋਂ ਬਾਅਦ ਮੈਂ ਸਿਰਫ ਇੱਕ ਖਾ ਸਕਦਾ ਠੀਕ ਹੈ ਇੱਕ ਤੋਂ ਵੱਧ ਨਹੀਂ ਖਾ ਸਕਦਾ ਨੋ ਮੋਰ ਦੈਨ ਵਨ ਮਤਲਬ ਇੱਕ ਤੋਂ ਜ਼ਿਆਦਾ ਨਹੀਂ ਖਾ ਸਕਦਾ ਆਈ ਲਵ ਔਰੇਂਜਸ Why are there so few? Dad gave me another. Now I have two. ਕਿ ਮੈਨੂੰ oranges ਬਹੁਤ ਪਸੰਦ ਹੈ. I love oranges. ਮੈਨੂੰ oranges ਬਹੁਤ ਪਸੰਦ ਹੈ. ਪਰ ਇੱਥੇ ਥੋੜੇ ਕਿਉਂ ਹੈ? Why are there so few? ਇੱਥੇ ਥੋੜੇ ਕਿਉਂ ਹੈ? Dad gave me another. ਡੈਡੀ ਨੇ ਮੈਨੂੰ ਇੱਕ ਹੋਰ ਦੇ ਦਿੱਤਾ ਹੈ. Now I have two. ਮੇਰੇ ਕੋਲ ਹੁਣ ਦੋ ਹੈ. The apples are in the dish. Can you see? ਕਿ ਪਲੇਟ ਦੇ ਵਿੱਚ ਐਪਲ ਸੇਬ ਪਿਆ ਹੋਇਆ ਕਿ ਤੁਹਾਨੂੰ ਦਿਖ ਰਿਹਾ 1 ਐਂਡ 1 ਐਂਡ 1 ਦੈਟਸ ਰਾਈਟ देयर आर 3 ਇੱਕ ਅਤੇ ਇੱਕ ਅਤੇ ਇੱਕ ਤੁਸੀਂ ਸਹੀ ਹੋ ਇੱਥੇ 3 ਹੈ ਠੀਕ ਹੈ ਸਟ੍ਰਾਬੇਰੀਜ਼ ਆਈ ਲਵ ਸਟ੍ਰਾਬੇਰੀ ਮੈਨੂੰ ਬਹੁਤ ਪਸੰਦ ਹੈ ਮੇ ਆਈ ਹੈਵ ਵਨ ਮੋਰ ਕਿ ਮੈਂ ਇੱਕ ਹੋਰ ਖਾ ਸਕਦਾ ਡੀਪ ਇਨ ਮਾਈ ਪਾਕਟਸ ਲੁੱਕ देयर आर 4 ਮੇਰੀ ਪਾਕਟ ਦੇ ਬਿਲਕੁਲ ਅੰਦਰ ਦੇਖੋ ਚਾਰ ਸਟ੍ਰਾਬੇਰੀਜ਼ ਹੈ ਫੋਰ ਪੀਅਰਸ ਇਨਟੂ ਦਾ ਸ਼ਾਪਿੰਗ ਬੈਗ ਆਈ ਡਾਈਵ ਮਤਲਬ ਪੀਅਰ ਮੈਨੂੰ ਇੰਨੇ ਪਸੰਦ ਹੈ ਕਿ ਜਿੱਦਾਂ ਹੀ ਮੰਮੀ ਸ਼ਾਪਿੰਗ ਬੈਗ ਲੈ ਕੇ ਆਈ ਮੈਂ ਉਹਦੇ ਵਿੱਚ ਡਾਈਵ ਹੀ ਮਾਰ ਦਿੱਤੀ ਮੈਂ ਛਲਾਂਗ ਹੀ ਲਗਾ ਦਿੱਤੀ ਬੈਗ ਦੇ ਅੰਦਰ ਪੀਅਰਸ ਕੱਢਣ ਲਈ ਨਾਸ਼ਪਾਤੀ ਕੱਢਣ ਲਈ ਅ ਜੂਸੀ ਫਰੂਟ 1 2 3 4 5 ਇਹ ਬਹੁਤ ਹੀ ਰਸਦਾਰ ਫਰੂਟ ਫਲ ਹੁੰਦਾ ਹੈ ਤੇ ਇਹ 1 2 3 4 ਤੇ 5 ਹੈਗੇ ਆ ਮਿਲਕ ਹਨੀ ਐਂਡ ਪੀਚਸ ਆਈ ਲਵ ਟੂ ਮਿਕਸ ਦੁੱਧ ਸ਼ਹਿਦ ਤੇ ਆਲੂ ਬੁਖਾਰਾ ਮੈਨੂੰ ਮਿਕਸ ਕਰਨ ਦਾ ਮਜ਼ਾ ਆਉਂਦਾ ਹੈ ਇਨ ਮਿਲਕ ਸ਼ੇਕ ਮਾਈ ਮਦਰ ਯੂਜ਼ 6 ਜਦੋਂ ਮਿਲਕ ਸ਼ੇਕ ਬਣਾਉਣਾ ਆਉਂਦਾ ਹੈ ਪੀਚਸ ਦਾ ਤੇ ਮੇਰੀ ਮੰਮਾ 6 ਪੀਚਸ 6 ਆਲੂ ਬੁਖਾਰੇ ਯੂਜ਼ ਕਰਦੀ ਹੈ ਗ੍ਰੇਪਸ ਇਨ ਦ ਫਰੂਟ ਬਾਊਲ ਦੇਅਰ ਵਰ 11 ਫਰੂਟ ਬਾਊਲ ਇਹ ਬਾਊਲ ਹੈ ਠੀਕ ਹੈ ਇਹਦੇ ਵਿੱਚ ਪਹਿਲੇ 11 ਸੀਗੇ My brother ate 4, ਮੇਰੇ ਭਰਾ ਨੇ 4 ਖਾ ਲਏ, now there are 7, ਤੇ ਹੁਣ ਇਹਦੇ ਵਿੱਚ 7 ਪਏ ਆ, 7 ਪਏ ਆ, eat your cherries for school, you will be late, ਚੈਰੀ ਖਾਓ ਆਪਣੀ, ਤੁਸੀਂ ਸਕੂਲੇ ਲੇਟ ਹੋ ਰਹੇ ਹੋ, every morning I eat about 8, ਹਰ ਸਵੇਰੇ ਮੈਂ 8 ਚੈਰੀਸ ਖਾਣਾ, ਲਗਭਗ 8 ਚੈਰੀਸ ਖਾਣਾ, ਠੀਕ ਹੈ, banana for the picnic in a line banana ਜਿਹੜੀ ਹਮੇਸ਼ਾ ਪਿਕਨਿਕ ਚ ਲੈ ਕੇ ਜਾਂਦੇ ਆ ਆਪਾਂ ਠੀਕ ਹੈ ਉਹ ਇੱਕ ਲਾਈਨ ਚ ਉੱਗੇ ਹੋਏ ਆ
count them in this bunch, I think there are 9. ਇਹਨੂੰ ਇਸ bunch in ਇਸ ਗੁੱਛੇ ਵਿੱਚ ਗਿਨੋ, ਮੈਨੂੰ ਲੱਗਦਾ ਹੈ ਕਿ 9 ਹੈ। So much tasty fruit, ਬਹੁਤ ਹੀ ਸਵਾਦਿਸ਼ਟ ਫਲ। Let's count it again, ਚਲੋ ਦੁਬਾਰਾ ਤੋਂ ਗਿਣੀਏ। ਜਦੋਂ ਆਪਾਂ ਦੁਬਾਰਾ ਤੋਂ ਗਿਣਿਆ ਤੇ ਆਪਣੇ ਕੋਲ ਫਰੂਟ ਆਏ 1, 2, 3, 4, 5, 6, 7, 8, 9, then ਉਹਨਾਂ ਨੇ ਕਿਹਾ add 1 to the fruit salad, you will get 10. ਕੋਈ ਹੋਰ ਇੱਕ ਫਰੂਟ ਲਿਆ ਕੇ ਜਿਹੜਾ ਫਰੂਟ ਬਾਊਲ ਹੈ ਉਹਦੇ ਵਿੱਚ ਐਡ ਕਰ ਲਓ ਤੇ ਤੁਹਾਡੇ ਕੋਲ ਕਿੰਨੇ ਹੋ ਜਾਣਗੇ, 10 ਫਰੂਟ ਹੋ ਜਾਣਗੇ। 9 ਦਿੱਤੇ ਹੋਏ, ਇੱਕ ਕੋਈ ਹੋਰ ਚੂਜ਼ ਕਰ ਲਓ। ਸਪੋਜ਼ ਕਿ ਮੈਂ ਚੂਜ਼ ਕਰ ਲਿਆ ਹੈ ਪਪਾਇਆ, 10 ਹੋ ਗਏ ਨਾ। ਨੈਕਸਟ ਇਹ ਵਰਡ ਫਰੋਮ ਦ ਪੋਇਮ, ਫਿਊ ਨਾਟ ਮੈਨੀ, ਬਹੁਤ ਜ਼ਿਆਦਾ ਨਹੀਂ, ਥੋੜੇ, ਠੀਕ ਹੈ। ਡੀਪ ਇਨ ਰਾਈਟ ਇਨ, ਡੀਪ ਇਨ ਗਹਿਰਾਈ ਦੇ ਵਿੱਚ, ਠੀਕ ਹੈ। ਜੂਸ ਸੀ ਹੈਵਿੰਗ ਅ ਲੋਟ ਆਫ ਜੂਸ, ਟੇਸਟੀ, ਕਿ ਬਹੁਤ ਜ਼ਿਆਦਾ ਜੂਸ ਹੈ ਤੇ ਬਹੁਤ ਜ਼ਿਆਦਾ ਸਵਾਦ ਹੈ ਉਹ ਵਾਲਾ ਫਰੂਟ, ਜੂਸੀ, ਠੀਕ ਹੈ, ਜਿੱਦਾਂ ਔਰੇਂਜ ਹੋ ਗਿਆ। ਬੰਚ ਗੁੱਛਾ, ਅ ਨੰਬਰ ਆਫ ਥਿੰਗ ਆਫ ਦ ਸੇਮ ਟਾਈਪ ਵਿਚ ਆਰ ਗਰੋਇੰਗ ਟੂਗੈਦਰ, ਬਹੁਤ ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਤੇ ਇਕੱਠੀਆਂ ਉੱਗਦੀਆਂ ਨੇ, ਠੀਕ ਹੈ, ਜਿੱਦਾਂ ਕਿ ਅੰਗੂਰਾਂ ਦਾ ਗੁੱਛਾ ਹੋ ਗਿਆ। ਟੇਸਟੀ, ਸਮਥਿੰਗ ਦੈਟ ਟੇਸਟ ਨਾਈਸ, ਕੁਛ ਉਹ ਚੀਜ਼ ਜਿਹੜੀ ਕਿ ਬਹੁਤ ਜ਼ਿਆਦਾ ਸਵਾਦਿਸ਼ਟ ਹੈ, ਠੀਕ ਹੈ, ਬਹੁਤ ਅੱਛਾ ਸਵਾਦ ਦੇ ਰਹੀ ਹੈ, ਉਹਨੂੰ ਕਹਿੰਦੇ ਟੇਸਟੀ। ਟੇਸਟੀ ਫੂਡ, ਟੇਸਟੀ ਫਰੂਟ, ਟੇਸਟੀ ਚੋਕਲੇਟ। ਓਕੇ, ਹੁਣ ਆਪਾਂ ਇਸ ਕਲਾਸ ਦੇ ਮੇਨ ਪਾਰਟ ਤੇ ਆ ਗਏ ਆ, ਇਸ ਚੈਪਟਰ ਦੀ ਬੈਕ ਐਕਸਰਸਾਈਜ਼, ਠੀਕ ਹੈ। ਹੁਣ ਆਪਾਂ ਕਰਾਂਗੇ ਫਰੂਟ ਸੈਲਡ ਦੀ ਚੈਪਟਰ ਦੀ ਬੈਕ ਐਕਸਰਸਾਈਜ਼। ਓਕੇ, ਫਸਟ ਇਹ ਦੇਖੋ, ਅੰਡਰਸਟੈਂਡਿੰਗ ਦ ਪੋਇਮ, ਪੋਇਮ ਆਪਾਂ ਪੜ੍ਹ ਲਈ, ਉਹਨੂੰ ਸਮਝ ਲਿਆ, ਠੀਕ ਹੈ। ਹੁਣ ਇੱਥੇ ਰਾਈਟ ਔਰ ਰੋਂਗ, ਟਿਕ ਔਰ ਕ੍ਰੋਸ, ਜੇ ਤੇ ਹੈ ਰਾਈਟ ਤੇ ਉੱਥੇ ਕਰਨਾ ਹੈ ਟਿਕ, ਜੇ ਹੈ ਕ੍ਰੋਸ ਉੱਥੇ ਲਗਾਉਣਾ ਹੈ, ਜੇ ਰੋਂਗ ਹੈ ਉੱਥੇ ਲਗਾ ਦੇਣਾ ਹੈ ਕ੍ਰੋਸ, ਠੀਕ ਹੈ। ਚਲੋ ਹੁਣ ਪਹਿਲਾ ਕੀ ਹੈ ਆਪਣਾ, ਆਈ ਈਟ ਅ ਮੈਂਗੋ ਆਫਟਰ ਡਿਨਰ, ਮੈਂ ਮੈਂਗੋ ਰਾਤ ਨੂੰ ਖਾਣਾ। ਡਿਨਰ ਕੀ ਹੁੰਦਾ, ਰਾਤ ਦਾ ਖਾਣਾ, ਰਾਤ ਦੇ ਖਾਣੇ ਤੋਂ ਬਾਅਦ ਖਾਣਾ। ਆਪਾਂ ਪੋਇਮ ਜਾਂ ਲੈਸਨ ਜੋ ਵੀ ਪੜ੍ਹਿਆ ਉਹਦੇ ਚ ਕੀ ਲਿਖਿਆ ਹੋਇਆ, ਈਟਿੰਗ ਅ ਮੈਂਗੋ, ਈਟਿੰਗ ਅ ਮੈਂਗੋ ਕੈਨ ਬੀ ਸੋ ਮਚ ਫਨ ਆਫਟਰ ਲੰਚ, ਕਦੋਂ ਖਾਣਾ ਮੈਂ, ਆਫਟਰ ਲੰਚ ਆਈ ਕੈਨ ਹੈਵ ਨੋ ਮੋਰ ਦੈਨ 1, ਮਤਲਬ ਕਿ ਇੱਥੇ ਜਿਹੜੀ ਡਿਨਰ ਦੀ ਗੱਲ ਹੈ ਤੇ ਆਪਣੀ ਪੋਇਮ ਦੇ ਵਿੱਚ ਲੰਚ ਦੀ ਗੱਲ ਹੈ, ਮਤਲਬ ਕਿ ਇਹ ਜਿਹੜੀ ਸਟੇਟਮੈਂਟ ਹੈ ਕੀ ਹੈ, ਰੋਂਗ ਹੈ, ਠੀਕ ਹੈ, ਆਪਾਂ ਕ੍ਰੋਸ ਕਰ ਦਿੱਤਾ, ਠੀਕ ਹੈ। ਦੈਟ ਗਿਵ ਮੀ ਅਨਦਰ ਔਰੇਂਜ, ਦੈਟ ਗਿਵ ਮੀ ਅਨਦਰ ਔਰੇਂਜ, ਔਰੇਂਜ ਕਿੱਥੇ, ਇਹ ਨਹੀਂ, ਕਿੱਥੇ ਹੈ, ਦੇਖੋ, ਆਈ ਲਵ ਔਰੇਂਜਸ, ਵਾਈ ਆਰ ਸੋ ਫਿਊ, ਦੈਟ ਗਿਵ ਮੀ ਅਨਦਰ, ਮਤਲਬ ਇਹ ਸਟੇਟਮੈਂਟ ਸਹੀ ਹੈ ਕਿ ਮੈਨੂੰ ਇੱਕ ਹੋਰ ਕਿੰਨੇ ਦਿੱਤਾ ਸੀ, ਡੈਡ ਨੇ ਦਿੱਤਾ ਸੀ, ਸਟੇਟਮੈਂਟ ਸਹੀ ਹੈ। ਦ ਗ੍ਰੇਪਸ ਆਰ ਇਨ ਅ ਬਾਊਲ, ਗ੍ਰੇਪਸ ਕਿੱਥੇ ਆ, ਗ੍ਰੇਪਸ ਬਾਊਲ ਦੇ ਵਿੱਚ ਹੈ, ਠੀਕ ਹੈ, ਕਿੱਥੇ ਗ੍ਰੇਪਸ, ਬਾਊਲ ਦੇ ਵਿੱਚ, ਗ੍ਰੇਪਸ ਇਨ ਦ ਫਰੂਟ ਬਾਊਲ, ਬਿਲਕੁਲ, ਮਤਲਬ ਇਹ ਸਟੇਟਮੈਂਟ ਕਿੱਥੇ ਆ, ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਦੇਰ ਆਰ 3 ਐਪਲ, ਐਪਲ 3 ਸੀਗੇ, ਦੇਖੋ ਜਰਾ ਐਪਲ ਕਿੱਥੇ ਹੈ ਆਪਣੇ, ਪਹਿਲੇ ਮੈਂਗੋ ਸੀ, ਮੈਂਗੋ, ਦੈਨ ਔਰੇਂਜ, ਦੈਨ ਐਪਲ, ਦ ਐਪਲਸ ਆਰ ਇਨ ਦ ਡਿਸ਼, ਕੈਨ ਯੂ ਸੀ,
One, one, one. That's right. There are three. Means this statement is right. Okay. Next, there are bananas in my pocket. Bananas pocket ਵਿੱਚ ਸੀਗੇ? ਪਹਿਲੇ ਤੇ ਦੇਖੋ banana pocket ਚ ਆ ਹੀ ਨਹੀਂ ਸਕਦੇ, ਹੈ ਨਾ? ਨਾ ਹੀ ਇੱਥੇ ਲਿਖਿਆ, ਇੱਥੇ ਕੀ ਲਿਖਿਆ ਹੈ? Banana for the picnic in a line. Count them in this bunch. I think there are nine. ਇੱਥੇ ਪਾਕਟ ਦੀ ਕੋਈ ਗੱਲ ਨਹੀਂ ਹੋ ਰਹੀ ਹੈ, ਠੀਕ ਹੈ? ਪਿਕਨਿਕ ਲੈ ਕੇ ਜਾਣ ਦੀ ਗੱਲ ਹੋ ਰਹੀ ਹੈ ਕਿ ਬਨਾਨਾ ਲੈ ਕੇ ਜਾਣੇ, ਪਰ ਆਪਾਂ ਨੇ ਪੋਇਮ ਪੜ੍ਹੀ ਸੀ, ਪਾਕਟ ਦੀ ਕਿੱਥੇ ਗੱਲ ਹੋ ਰਹੀ ਹੈ? Strawberries I love. May I have one more? Deep in my pockets. Look, there are four. Means, ਜਿਹੜੀ ਇਹ ਵਾਲੀ ਸਟੇਟਮੈਂਟ ਹੈ, ਇਹ ਕੀ ਹੈ? ਇਹ ਰੋਂਗ ਹੈ। ਫਿਰ ਆਪਣੇ ਕੋ ਹੁਣ ਸਟੇਟਮੈਂਟ ਦੇਖੋ ਆ ਗਈਆਂ ਨੇ ਕਿਹੜੀਆਂ ਕਿਹੜੀਆਂ, ਆਪਾਂ ਇੱਕ ਵਾਰ ਇਹਨੂੰ ਦੁਬਾਰਾ ਕਰ ਲੈਂਦੇ ਹਾਂ। ਮੈਂ ਸਾਰੀ ਇੰਕ ਨੂੰ ਇਰੇਜ਼ ਕਰਦੀ ਹਾਂ, ਇੰਕ ਇਰੇਜ਼ ਕਰ ਲਈ ਹੈ, ਹੁਣ ਆਪਾਂ ਦੁਬਾਰਾ ਤੋਂ ਕਰਦੇ ਹਾਂ। ਦੇਖੋ, I eat a mango after dinner. No, after lunch. Dad give me another orange. Yes, Dad give me another orange. The grapes are in the bowl. Yes, grapes are in the bowl. There are three apples. Yes, there are three apples. There are bananas in my pocket. No, there are strawberries in my pocket. Okay. Next, apne ko hai question. ਜਿੱਦਾਂ ਕਿ ਫਸਟ ਕੁਐਸਚਨ ਹੈ, ਵਟ ਡੂ ਆਈ ਪੁੱਟ ਇਨ ਮਾਈ ਮਿਲਕ ਸ਼ੇਕ। ਮੈਂ ਆਪਣੇ ਮਿਲਕ ਸ਼ੇਕ ਦੇ ਵਿੱਚ ਕੀ ਪਾਉਂਦਾ? ਹਾਂ, ਆਪਾਂ ਚੈਪਟਰ ਪੜ੍ਹਿਆ ਹੋਇਆ, ਠੀਕ ਹੈ? ਯਾਦ ਹੈ ਥੋੜਾ ਬਹੁਤ? ਯਾਦ ਕਰਕੇ ਦੇਖੋ ਕੀ ਪਾਉਂਦਾ। ਮਿਲਕ, ਹਨੀ ਐਂਡ ਪੀਚਿਸ। ਓਕੇ, ਨੈਕਸਟ ਕੁਐਸਚਨ ਕੀ ਹੈ? ਹਾਊ ਮੈਨੀ ਚੈਰੀਜ਼ ਡੂ ਆਈ ਈਟ ਐਵਰੀ ਮਾਰਨਿੰਗ। ਸਵੇਰੇ ਮੈਂ ਰੋਜ਼ ਕਿੰਨੀਆਂ ਚੈਰੀ ਖਾਂਦਾ? ਇਹ ਵੀ ਆਪਾਂ ਇਹਦੇ ਚ ਪੜਿਆ ਹੋਇਆ ਹੈ, ਔਰ ਮੇਰੇ ਖਿਆਲ ਨਾਲ ਸਾਰਿਆਂ ਨੂੰ ਯਾਦ ਹੋਏਗਾ, 8 ਚੈਰੀਜ਼, ਠੀਕ ਹੈ? ਨੈਕਸਟ ਹੈ, ਹੂ ਏਟ 4 ਆਫ ਦ ਗ੍ਰੇਪਸ। ਬੋਲ ਦੇ ਵਿੱਚ ਗ੍ਰੇਪਸ ਪਏ ਸੀ 11 ਸੀਗੇ, ਜਿਹਦੇ ਚੋਂ 4 ਕੋਈ ਖਾ ਗਿਆ। ਕੌਣ ਖਾ ਗਿਆ ਸੀ? ਮਾਈ ਬ੍ਰਦਰ। ਓਕੇ, ਨੈਕਸਟ ਹੈ, ਵੇਅਰ ਆਰ ਦ ਪੀਅਰ। ਪੀਅਰ ਕਿੱਥੇ ਸੀ? ਪੀਅਰ ਉਹ ਚ ਲਿਖਿਆ ਸੀ ਨਾ ਕਿ ਪੀਅਰ ਸਲੈਨੀ ਮਤਲਬ ਸ਼ੋਪਿੰਗ ਬੈਗ ਦੇ ਵਿੱਚ ਡਾਈਵ ਕਰ ਜਾਂਦਾ ਹੈ। ਕਿੱਥੇ ਪਈ ਸੀ? ਮਤਲਬ ਸ਼ੋਪਿੰਗ ਬੈਗ ਚ। ਵਟ ਐਮ ਆਈ ਮੇਕਿੰਗ ਵਿਦ ਆਲ ਦ ਫਰੂਟਸ। ਮੈਂ ਸਾਰੇ ਫਰੂਟਸ ਦਾ ਕੀ ਬਣਾਵਾਂਗਾ? ਓਬਵੀਅਸਲੀ ਆਪਣਾ ਚੈਪਟਰ ਹੀ ਫਰੂਟ ਸੈਲਡ ਤੇ ਕੀ ਬਣੇਗਾ? ਫਰੂਟ ਸੈਲਡ। ਚਲੋ ਆਪਾਂ ਇੱਕ ਇੱਕ ਕਰਕੇ ਸਾਰੇ ਕੁਐਸਚਨ ਨੂੰ ਵਿਦ ਪੋਇਮ, ਠੀਕ ਹੈ, ਕਰਕੇ ਦੇਖਦੇ ਹਾਂ। ਫਸਟ ਕੀ, ਵਟ ਡੂ ਆਈ ਪੁੱਟ ਇਨ ਮਾਈ ਮਿਲਕ ਸ਼ੇਕ। ਦੇਖੋ ਸਭ ਤੋਂ ਉੱਪਰ ਲਿਖਿਆ ਹੋਇਆ ਹੈ, ਕਿੱਥੇ ਲਿਖਿਆ ਹੈ? ਮਿਲਕ, ਹਨੀ ਐਂਡ ਪੀਚਿਸ। ਮਿਲਕ, ਹਨੀ ਐਂਡ ਪੀਚਿਸ, ਠੀਕ ਹੈ? ਮਤਲਬ ਮੈਂ ਆਪਣੇ ਦੁੱਧ ਵਿੱਚ ਕੀ ਪਾਉਣਾ ਹੈ? ਆਈ ਪੁੱਟ ਮਿਲਕ, ਹਨੀ ਐਂਡ ਪੀਚਿਸ ਇਨ ਮਾਈ ਮਿਲਕ ਸ਼ੇਕ। ਮਿਲਕ ਸ਼ੇਕ ਦੇ ਵਿੱਚ ਮੈਂ ਦੁੱਧ, ਹਨੀ ਤੇ ਪਾਉਣਾ। ਨੈਕਸਟ, ਹਾਊ ਮੈਨੀ ਚੈਰੀਜ਼ ਡੂ ਆਈ ਈਟ ਐਵਰੀ ਮਾਰਨਿੰਗ। ਆਈ ਈਟ, ਕਿੱਥੇ ਲਿਖਿਆ ਹੋਇਆ ਦੇਖੋ, ਆਈ ਈਟ 8, ਕਿੰਨੀ ਮੈਂ 8 ਚੈਰੀਜ਼ ਖਾਣਾ। ਐਵਰੀ ਮਾਰਨਿੰਗ ਆਈ ਈਟ 8 ਚੈਰੀਜ਼, 8 ਚੈਰੀਜ਼ ਖਾਣਾ। Who ate 4 of the grapes? Dekho kithe hai grapes, are grapes? My brother ate 4. My brother ate 4 of the grapes. Next, where are the pears? Pears te pahuncho, dekho. Pears te kithe likha aaya? For pears into the shopping bag, I dive. The pears kithe hai? Shopping bag. Pears are in shopping bag. Next, what am I making with all the fruit? With
all the fruit 9A ਤੇ ਇੱਕ ਹੋਰ ਮਿਲਾ ਕੇ ਮੈਂ ਕੀ ਬਣਾਣਾ ਹੈ ਫਰੂਟ ਸੈਲਡ with all the fruits I am making fruit salad. Next is all about. Write the name of these fruit correctly. ਇੱਥੇ ਆਪਾਂ ਨੂੰ fruit name ਦਿੱਤੇ ਹੋਏ ਹੈ, ਠੀਕ ਹੈ? ਪਰ ਜਿਹੜੇ word ਹੈ ਉਹ jumble ਹੈਗੇ, alphabet jumble ਹੈਗੇ ਹੈ, ਠੀਕ ਹੈ? ਆਪਾਂ ਨੇ ਸਹੀ ਕਰਨਾ ਹੈ। ਜਿੱਦਾਂ A first ਕੀ ਹੈ? A V G U A ਸਾਰੇ word ਸਹੀ ਕਰਾਂਗੇ ਤੇ ਆਪਣਾ answer ਆਏਗਾ guava. ਦੇਖੋ G G U A V A guava, ਠੀਕ ਹੈ? Next ਆਪਣੇ ਕੋਲ 4 ਹੈ, 1 2 3 4 P E A R pear. ਕੀ ਬਣ ਗਿਆ ਆਪਣੇ ਕੋਲ? Pear. Next A double P L E apple. Next M A N G O mango. Next E G O R A N orange. O R A N G E orange. Next B A N A N A banana. ਠੀਕ ਹੈ, ਇਹ ਸਾਰੇ ਜਿਹੜੇ ਇੱਥੇ ਵਰਡ ਸੀਗੇ, ਅਲਫਾਬੈਟ ਸੀਗੇ, ਸਾਰੇ ਜੰਬਲਡ ਸੀਗੇ, ਠੀਕ ਹੈ? ਆਪਾਂ ਇਹਨਾਂ ਨੂੰ ਅਲਫਾਬੈਟ ਨੂੰ ਸਹੀ ਕਰਕੇ ਫਰੂਟਸ ਦੇ ਨਾਮ ਇੱਥੇ ਲਿਖ ਦਿੱਤੇ, ਠੀਕ ਹੈ? ਆਪਣੀ ਪੋਇਮ ਦੇ ਵਿੱਚ ਕਿਹੜਾ ਇਹਨਾਂ 'ਚ ਫਰੂਟ ਦਾ ਨਾਮ ਨਹੀਂ ਆਇਆ ਹੈ? ਆਪਣੇ ਕੋਲ ਗੁਆਵਾ, ਠੀਕ ਹੈ? ਬਾਕੀ ਸਾਰੇ ਫਰੂਟਸ ਦੇ ਨਾਮ ਆਏ ਪਰ ਗੁਆਵਾ ਨਹੀਂ ਆਇਆ, ਠੀਕ ਹੈ? ਓਕੇ, ਨੈਕਸਟ ਜੁਆਇਨ ਈਚ ਵਰਡ ਔਨ ਦਾ ਲੈਫਟ, ਇਹ ਲੈਫਟ ਹੈ ਤੇ ਇਹ ਰਾਈਟ ਹੈ, ਠੀਕ ਹੈ? With one of the right, a right hai, a left, ਇਹਨਾਂ ਨੂੰ ਜੋੜਨਾ to make a single word. ਇਹ ਅਲੱਗ ਅਲੱਗ word ਹੈ, ਜਿੱਦਾਂ pine, pine ਕੀ ਹੁੰਦਾ ਹੈ? ਇੱਕ tree ਹੁੰਦਾ ਹੈ, ਠੀਕ ਹੈ? pine, berry, berry ਕੀ ਹੁੰਦੀ ਹੈ? ਬੇਰ ਹੁੰਦੇ ਆ, water, ਪਾਣੀ ਹੁੰਦਾ ਹੈ, take ਲੈ ਕੇ ਜਾਣਾ ਹੁੰਦਾ ਹੈ, straw, ਜਿਹੜੀ ਆਪਾਂ ਪਾਣੀ ਪੀਂਦੇ ਹਾਂ ਪਾਈਪ ਦੇ ਨਾਲ, ਠੀਕ ਹੈ? apple, ਸੇਬ, sun, ਸੂਰਜ, flower, ਫੁੱਲ, match, ਕਿਸੇ ਦਾ match ਕਰਨਾ, ਠੀਕ ਹੈ? ਯਾਰ ਕ੍ਰਿਕਟ ਮੈਚ, ਮੈਲਨ, ਤਰਬੂਜ, ਓਵਰ, ਉੱਤੋਂ ਦੀ ਬਾਕਸ, ਡੱਬਾ, ਠੀਕ ਹੈ? ਇਹਨਾਂ ਦੇ ਮੀਨਿੰਗ ਅਲੱਗ ਅਲੱਗ ਹੈ ਸਾਰਿਆਂ ਦੇ, ਆਪਾਂ ਨੇ ਇਹਨਾਂ ਨੂੰ ਮੈਚ ਕਰਕੇ ਇੱਕ ਨਵਾਂ ਵਰਡ ਕ੍ਰੀਏਟ ਕਰਨਾ, ਠੀਕ ਹੈ? ਇੱਕੋ ਸਿੰਗਲ ਵਰਡ ਕ੍ਰੀਏਟ ਕਰਨਾ, ਜਿੱਦਾਂ ਕਿ ਪਹਿਲਾ ਹੈ ਪਾਈਨ ਐਪਲ, ਪਾਈਨ ਐਪਲ ਸਾਰਿਆਂ ਨੇ ਦੇਖਿਆ ਹੋਏਗਾ, ਠੀਕ ਹੈ ਨਾ? ਇਹ ਵੀ ਆਪਣੀ ਪੋਇਮ 'ਚ ਇਹ ਵਾਲਾ ਫਰੂਟ ਜਿਹੜਾ ਉਹ ਨਹੀਂ ਆਇਆ, ਠੀਕ ਹੈ? ਪਾਈਨ ਐਪਲ, ਅਨਾਨਾਸ, ਇਹਨੂੰ ਹਿੰਦੀ ਪੰਜਾਬੀ 'ਚ ਕਹਿੰਦੇ ਅਨਾਨਾਸ, ਠੀਕ ਹੈ? ਤੇ ਆਪਣਾ ਨਵਾਂ ਵਰਡ ਕਿਹੜਾ ਬਣ ਗਿਆ? ਪਾਈਨ ਐਪਲ, ਪਾਈਨ ਅਲੱਗ, ਐਪਲ ਅਲੱਗ, ਇਕੱਠਾ ਬਣ ਕੇ ਬਣ ਹੋ ਗਿਆ ਪਾਈਨ ਐਪਲ। ਨੈਕਸਟ ਵਾਟਰ ਐਂਡ ਮੈਲਨ, ਵਾਟਰ ਮੈਲਨ ਸਾਰਿਆਂ ਨੇ ਦੇਖਿਆ, ਤਰਬੂਜ ਜਿਹਨੂੰ ਕਹਿੰਦੇ ਆ, ਠੀਕ ਹੈ? ਇਹ ਕੀ ਹੈ? ਵਾਟਰ ਮੈਲਨ, ਠੀਕ ਹੈ? ਨਵਾਂ ਵਰਡ ਬਣ ਗਿਆ ਵਾਟਰ ਮੈਲਨ। ਨੈਕਸਟ ਸਨ, ਸਟ੍ਰੋਬੇਰੀ, ਠੀਕ ਹੈ? ਸਟ੍ਰੋਬੇਰੀ ਵੀ ਸਾਰਿਆਂ ਨੇ ਖਾਧੀ ਹੋਈ ਹੈ, ਠੀਕ ਹੈ? ਸਟ੍ਰੋਬੇਰੀ ਇਕੱਠਾ ਵਰਡ ਬਣ ਗਿਆ ਸਟ੍ਰੋਬੇਰੀ। ਦੈਨ ਸਨ ਐਂਡ ਫਲਾਵਰ, ਸਨ ਫਲਾਵਰ, ਇਹਨੂੰ ਪੰਜਾਬੀ 'ਚ ਕਹਿੰਦੇ ਸੂਰਜਮੁਖੀ, ਠੀਕ ਹੈ? ਸਨ ਫਲਾਵਰ, ਇੱਕ ਫਲਾਵਰ ਹੈ, ਠੀਕ ਹੈ? ਨੈਕਸਟ ਮੈਚ ਬਾਕਸ, ਮਾਚਿਸ ਦੀ ਤੀਲੀ ਹੁੰਦੀ ਹੈ ਨਾ, ਉਹਦੀ ਡੱਬੀ, ਠੀਕ ਹੈ? ਮੈਚ ਬਾਕਸ, ਜਿਹਦੇ ਨਾਲ ਗੈਸ ਆਨ ਕਰੀ ਦੀ ਹੈ, ਠੀਕ ਹੈ? ਮਤਲਬ ਹੁਣ ਤੇ ਵੈਸੇ ਆਊਟ ਆਫ ਦਾ ਫੈਸ਼ਨ ਹੋ ਗਈ ਹੈ, ਹੁਣ ਤੇ ਇੱਦਾਂ ਦੀ ਗੈਸ ਆ ਗਈ ਜਿਹੜੀ ਕਿ ਸਿੱਧੇ ਆਨ ਕਰੋ ਤੇ ਜਲ ਜਾਂਦੀ ਹੈ, ਪਹਿਲੇ ਇਹੀ ਚੀਜ਼ਾਂ ਯੂਜ਼ ਹੁੰਦੀਆਂ ਸੀ, ਫਿਰ ਲਾਈਟਰ ਆ ਗਏ, ਠੀਕ ਹੈ? ਓਵਰ ਟੇਕ, ਓਵਰਟੇਕ ਮਤਲਬ ਕਿ ਮੰਨ ਲਓ ਕਿ ਗੱਡੀ ਜਾ ਰਹੀ ਹੈ ਤੇ ਦੇਖੋ ਇਹ ਗੱਡੀ ਜਿਹੜੀ ਯੈਲੋ ਵਾਲੀ ਹੈ ਇਹ ਇਸ ਬਲੈਕ ਵਾਲੀ ਨੂੰ, ਇਸ ਟਰੱਕ ਨੂੰ ਓਵਰਟੇਕ ਕਰ ਰਹੀ ਹੈ, ਉੱਪਰ ਦੀ ਹੋ ਕੇ ਜਾ ਰਹੀ ਹੈ, ਠੀਕ ਹੈ? ਇਹਨੂੰ ਓਵਰਟੇਕ ਕਰਨਾ ਕਹਿੰਦੇ ਆ, ਮਤਲਬ ਜੇ ਕਿਸੇ ਨੂੰ ਲੰਘ ਕੇ ਜਾਣਾ
ओवरटेक करना, ठीक है। नवा वर्ड आ गया ओवरटेक, ठीक है। नेक्स्ट, राइट दी सेंटेंसेस करेक्टली। अपने कोल ए बी सी डी ई एफ जी एच ए वर्ड दिते, सेंटेंस दिते हुए सारे, ठीक है। इच की करना है, इन्हां नू करेक्टली लिखना है। ए सारे वर्ड्स जंबल है गए आ, ठीक है। कुछ वर्ड्स जंबल है गए आ, कुछ प्रॉब्लम है कि जिद्दां कि यूज अ कैपिटल लेटर टू बिगिन। जदों सेंटेंस शुरू करना है तो पहला अक्षर वड्डा होना चाहिदा, जिद्दां ए, ए वाला कैपिटल च है ते स्मॉल च है, ठीक है। ते आपां नू कैपिटल फर्स्ट वर्ड केड़ा, कैपिटल वर्ड यूज करना है। ईच सेंटेंसेस, हर सेंटेंस दे शुरू दे विच जिहड़ा पहला अक्षर होएगा वो कैपिटल होएगा। एंड इट विद फुल स्टॉप, ते जदों सेंटेंस पूरा खत्म हो गया उदों फुल स्टॉप लगाना है, ठीक है। ते आपां चलो शुरू करदे आ। पहले तो पहला की है अपने को, एवरी डे एप्पल ईट एन आई। एदा सही आंसर की होएगा, आई ईट एन एप्पल एवरी डे। एदा भी आ सकता है कि आपा एवरी डे पहले लिख लिए, एवरी ई वड्डा कर लिए, एदा ई आपा वड्डा कर लांगे, ठीक है। एवरी डे फिर आएगा आई ईट एन एप्पल, फिर से फुल स्टॉप आ जाएगा, ठीक है। पर आपा यही वाले सेंटेंस नु सही लेके चलते हैं, आई ईट एन एप्पल एवरी डे। फर्स्ट जिहड़ा वर्ड है वो कैपिटल है, ते लास्ट फुल स्टॉप लगया होया, ठीक है। ये सेंटेंस हो गया सही। चलो फिर अगला अगला करते हैं आपा। नेक्स्ट है बी, बी है शुड ईट वी फ्रूट्स एंड वेजिटेबल्स। सही किया आएगा, वी शुड, डब्ल्यू वर्ड है, फर्स्ट वर्ड है, ठीक है। We should eat fruits and apples. Oh, sorry, इथे vegetables आना सी, sorry, my mistake. Vegetables. Okay? Vegetables. फिर अखीर च full stop. Next, for good us are they. They are good for us. They are good for us. They are good with us भी आ सकता है, ਠੀਕ ਹੈ। ਉਹ ਸਾਡੇ ਲਈ ਅੱਛੀ ਸੀ, ਉਹ ਸਾਡੇ ਨਾਲ ਅੱਛੀ ਸੀ, ਠੀਕ ਹੈ। ਵਿਦ ਉਹ ਸਾਡੇ ਨਾਲ ਅੱਛੀ ਸੀ, ਓਕੇ। ਨੈਕਸਟ, ਵੀ ਸਮਰ ਇਨ ਮੈਂਗੋਸ ਗੈਟ। ਵੀ ਗੈਟ, ਡਬਲਯੂ ਵਡਾ, ਗੈਟ ਮੈਂਗੋਸ ਇਨ ਸਮਰ, ਫੁੱਲ ਸਟੋਪ, ਠੀਕ ਹੈ। ਨੈਕਸਟ, ਈ ਦੇਰ ਇਜ ਅ ਚੈਰੀ ਔਨ ਕੇਕ, ਦ ਚੋਕਲੇਟ ਆਫ ਟੋਪ। There is a cherry on top of the chocolate cake. Full stop. पहला अक्षर बटा है, next full stop है. Sentence भी बिल्कुल आपा सही करता. Next, juice like I apple drinking. I like drinking pineapple juice. Okay. Next है, Kashmir are sweet where the apples from. The apples from the Kashmir are very sweet. Apples from the Kashmir are very sweet. Next day, the mango of the seed I love sucking. I love sucking the seed of mango. Last full stop is seed of mango. ਕੀ ਹੁੰਦਾ ਹੈ? Mango ਦੇ ਵਿਚਕਾਰ ਇੱਕ ਗੁਠਲੀ ਹੁੰਦੀ ਹੈ ਨਾ, ਇਹ ਪੂਰਾ mango ਦੇ ਵਿਚਕਾਰ ਇੱਕ ਗੁਠਲੀ ਹੁੰਦੀ ਹੈ, ਉਹ ਚੂਸਣ ਦਾ ਮਜ਼ਾ ਬਹੁਤ ਆਉਂਦਾ ਹੈ। Sucking means ਚੂਸਣਾ, ਚਟਣਾ, ਠੀਕ ਹੈ, ਉਹ ਬੜੀ ਸਵਾਦ ਹੁੰਦੀ ਹੈ। ਨੈਕਸਟ ਹੈ ਆਪਣੇ ਕੋਲ, ਲੁੱਕ ਐਟ ਦੀਸ ਪਿਕਚਰ, ਇਹ ਵਾਲੀ ਪਿਕਚਰ ਸਾਰੀਆਂ, ਇਹਨਾਂ ਨੂੰ ਦੇਖੋ, ਠੀਕ ਹੈ, ਐਂਡ ਮੇਕ ਸੈਂਟੈਂਸਿਸ ਲਾਈਕ ਦਿਸ।
किस तरह, इस तरह सेंटेंस बनानी है, ठीक है। ईच सेंटेंस शुड बी फॉलोड बाय अ क्वेश्चन, हर सेंटेंस पहला नॉर्मल सेंटेंस से दूसरा क्वेश्चन होवे, फॉलोड मींस के उस तो बाद जो हो क्वेश्चन होवे, ठीक है। पहला इन्होंने बनाया है, दिस इज अ जूसी रेड एप्पल, एक रस भरिया लाल सेब है, वुड यू लाइक टू ईट इट, की तुसी इनु खाना पसंद करोगे, ठीक है। नेक्स्ट आपा अपने कोल ग्रेप्स है, आपा की बनाया, दिस इज अ बंच ऑफ ग्रेप्स, यह एक ग्रेप्स आ अंगूरा दा गुच्छा है, वुड यू लाइक टू ईट दैम, की तुसी इनु खाना पसंद करोगे। Next, this is a tasty mango. ए बहुत स्वादिष्ट अंब है. Would you like to eat it? की तुसी इनु खाना पसंद करोगे? These are yummy, tasty cherries. ए बहुत स्वाद, जदो बहुत ज्यादा स्वाद है, फिर एकदम मुँह अपने आप निकलता है, yummy, ठीक है? बहुत ही स्वाद cherries है. Would you like put it on the cake? की ये तुसी इनु केक दे उते रखना पसंद करोगे? ऑलमोस्ट की होंदा है, केक दे उत्ते चेरीज लगी होंदियां ने, या तो चॉकलेट लगी होंदी या चेरीज लगी होंदियां ने, वो बड़ा बड़ी टेस्टी लगदियां ने। दीज आर येलो बनानास, वुड यू लाइक पुट इट इन मिल्क शेक, की तुसी इनू मिल्क शेक च पाना पसंद करोगे, जेडे पीले बनानास केले गए आ। नेक्स्ट है, दिस इज अ पाइनएप्पल, ए एक पाइनएप्पल है, वुड यू लाइक टू ड्रिंक पाइनएप्पल जूस, की तुहानू पाइनएप्पल जूस पीना पसंद है, मतलब पाइनएप्पल नु क्रश करके जेड़ा जूस निकल आंदा की ओ तुहानू पीना पसंद है। नेक्स्ट अपना टॉपिक है वर्कबुक, ओ करांगे आपां नेक्स्ट क्लास च, ठीक है, ते मिलदे आं फिर आपां नेक्स्ट क्लास च, टिल देन।